ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਕਲਾਸ ਸਟੱਡੀ ਵਿੱਚ ਜਿਸ ਤੋਂ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਡੇਢ ਸੀਟ ਤੁਹਾਡੀ ਪਤਾ ਹੀ ਲੱਗ ਚੁੱਕੀ ਹੋਊਗੀ ਕਿ ਜਿਹੜੇ ਤੁਹਾਡੇ 26 ਨਵੰਬਰ ਤੋਂ ਇਗਜ਼ਾਮ ਸ਼ੁਰੂ ਹੋਣਗੇ ਤਾਂ ਉਹਨਾਂ ਦਾ ਜਿਹੜਾ ਪਹਿਲਾ ਪੇਪਰ ਹੈਗਾ ਉਹ ਇੰਗਲਿਸ਼ ਦਾ ਅਧਿਕਿਆਂ ਦਾ ਪੇਪਰ ਜਿਹੜਾ ਇੰਗਲਿਸ਼ ਦਾ ਬਾਅਦ ਵਿੱਚ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਕਲਾਸ 8ਵੀਂ ਦੇ ਲਈ ਨਵੰਬਰ ਪੇਪਰ ਇੰਗਲਿਸ਼ ਦਾ ਠੀਕ ਹੈ ਜੀ ਇਹ ਜਿਹੜਾ ਪੇਪਰ ਆ ਤੁਹਾਨੂੰ ਫੁੱਲ ਸੋਲੂਸ਼ਨ ਮਿਲੂਗਾ ਇਹਨਾਂ ਜਿਹੜਾ ਕੌਨਸਰਨ ਨੇ ਕਿ ਸਾਰਿਆਂ ਨੂੰ ਅਲਿਵਾਰ ਆ ਰਹੇ ਨੂੰ ਕਸ਼ਟਿਕ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਜੇ ਤੁਹਾਨੂੰ ਆਪਣੇ ਚੈਨਲ ਦੇ ਸਾਰੇ ਪੇਪਰ ਮਿਲਣਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਠੀਕ ਹੈ ਸਟੂਡੈਂਟਸ ਅਤੇ ਇਹ ਜਿਹੜਾ ਵੈਰੀ ਵੈਰੀ ਇੰਪੋਰਟੈਂਟ ਪੇਪਰ ਆ ਸੈਂਪਲ ਪੇਪਰ ਤੁਹਾਨੂੰ ਅਸੀਂ ਫੁੱਲ ਸੋਲਵਡ ਕਰ ਰਹੇ ਹਾਂਗੇ ਠੀਕ ਹੈ ਜੀ ਜਿਵੇਂ ਕਿ ਪਹਿਲਾ ਹੈਗਾ ਜਿਵੇਂ ਕਿ ਸ਼ੁਰੂ ਤੋਂ ਦੱਸ ਦੇਣਾ ਤੁਹਾਨੂੰ ਇਹ ਜਿਹੜਾ 40 ਮਾਰਕਸ ਤੁਹਾਨੂੰ ਪੇਪਰ ਆ ਗਿਆ ਸਬਜੈਕਟ ਇੰਗਲਿਸ਼ ਤੁਹਾਨੂੰ ਗੁੱਡ ਹੈਂਡ ਰਾਈਟਿੰਗ ਕਰਕੇ ਆਉਂਗੇ ਜੇਕਰ ਤੁਸੀਂ ਤਾਂ ਤੁਹਾਨੂੰ 2 ਮਾਰਕਸ ਦਿੱਤੇ ਜਾਣਗੇ ਠੀਕ ਹੈ ਸਟੂਡੈਂਟਸ ਸਭ ਤੋਂ ਪ ਬਾਨੂੰ ਪੈਸੇ ਜਾਊਗਾ ਠੀਕ ਹੈ ਜੀ ਪੈਸੇ ਜਾਨ ਆਨਸਰ ਆਫ ਦੀ ਫੋਲੋਇੰਗ ਸੈਂਟੈਂਸ ਪਹਿਲੇ ਕਨਸਟੈਂਟ ਵਿੱਚ ਪੈਸੇ ਜਾਊਗਾ ਜਿਹੜਾ ਕਿ ਪੈਸੇ ਜਾਏਗਾ 5 ਮਾਰਕਸ ਦਾ ਠੀਕ ਹੈ ਜੀ ਉੱਤੇ ਜਿਹੜਾ ਪੈਰਾ ਦਿੱਤਾ ਹੋਇਆ ਪੈਰੇ ਜੇ ਤੁਸੀਂ ਨੇ ਕੌਨਸਰ ਲੱਭਣੇ ਨੇ ਆ ਨੀਚੇ ਦੇ ਰੱਖੇ ਨੇਗੇ ਜਿਵੇਂ ਕਿ ਪਹਿਲਾ ਹੈਗਾ 3 ਇਸ ਆਰ ਨੇਚਰ ਪ੍ਰੀਸੀਜ਼ ਗਿਫਟ ਟੂ ਅਸ ਬਿਕਾਉਜ਼ ਏ ਦੱਸਣਾ ਤੁਸੀਂ ਨੇ ਜਿਵੇਂ ਕਿ ਪਹਿਲਾ ਹੈਗਾ ਪਹਿਲੇ ਦਾ ਆਊਗਾ ਆਲ ਆਫ ਦੀ ਬੱਬ ਜਿਹੜਾ ਕਿ ਆ ਦੇ ਰੱਖਿਆ ਨੇ ਤੁਹਾਨੂੰ ਚਾਰ ਆਪਸ਼ਨਾਂ ਚਾਰਾਂ ਚੋਂ ਇੱਕ ਲਿਖਣੀ ਹੁੰਦੀ ਹੈ ਇਹ ਜਿਹੜੀਆਂ ਤੁਹਾਡੇ ਪਹਿਲੇ ਤਿੰਨ ਕਰੈਕਟ ਸੀਗੇ ਤਾਂ ਜਾ ਕੇ ਆਲ ਆਫ ਦੀ ਬੱਬ ਲਿਖਿਆ ਗਿਆਗਾ ਠੀਕ ਹੈ ਜੀ ਸਟੂਡੈਂਟਸ ਤਾਂ ਜਿਵੇਂ ਕਿ ਦੂਜਾ ਹੈਗਾ ਵੇਅਰ ਵੈਨ देयर ਇਜ਼ ਅ ਲੈਕ ਆਫ ਵਾਟਰ ਦਾ ਟਰੀ ਠੀਕ ਹੈ ਜੀ ਇਸ ਦਾ ਹੈਗਾ ਆਪਣਾ ਚੌਥਾ ਹੀ ਹੈ ਇਸ ਦਾ ਵੀ ਸੈਂਡ ਰੀਟਸ ਰੂਟਸ ਠੀਕ ਹੈ ਡੀਪ ਫਾਰ ਐਂਡ ਵਾਈਡ ਠੀਕ ਹੈ ਜੀ ਇਹ ਤੁਸੀਂ ਨੇ ਦੇਖ ਸਕਦੇ ਹੋ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਫੋਰ ਬੋਥ ਹਿਊਮਨਸ ਐਂਡ ਟ੍ਰੀਜ਼ ਕਿਹੜੀ ਜਿਹੜੀ ਸਟੇਟਮੈਂਟ ਹੈਗੀ ਉਹ ਠੀਕ ਹੈਗੀ ਹਿਊਮਨਸ ਤੇ ਟ੍ਰੀਜ਼ ਦੇ ਲਈ ਤਾਂ ਉਹ ਪੈਰੇ ਵਿੱਚੋਂ ਲੱਭ ਕੇ ਤੁਸੀਂ ਨੂੰ ਦੱਸਣਾਗਾ ਠੀਕ ਹੈ ਸਟੂਡੈਂਟਸ ਤਾਂ ਜਿਵੇਂ ਕਿ ਆ ਦੇ ਰੱਖਿਆ ਹੈਗਾ ਇਸ ਦਾ ਆਨਸਰ ਹੈਗਾ ਬੋਥ ਬਰੀਥ ਐਂਡ ਗਰੋ ਠੀਕ ਹੈ ਜੀ ਇਸ ਤੋਂ ਬਾਅਦ ਜਿਵੇਂ ਕਿ ਚੌਥਾ ਰਹੇਗਾ ਟ੍ਰੀਜ਼ ਫਾਈਟ ਐਂਡ ਮੈਨੀ ਇਨਮੇਜ਼ ਵਰਟ ਦੇ ਆਰ ਨੋਟ ਏਬਲ ਟੂ ਡੈਫਟ ਇਸ ਦਾ ਹੋਊਗਾ ਆਪਣਾ ਹਿਊਮਨ ਠੀਕ ਹੈ ਜੀ ਹਿਊਮਨ ਨੋਟ ਕਰ ਲੈਣਾ ਤੁਸੀਂ ਨੇ ਚੌਥੇ ਦਾ ਹੈਗਾ ਚੌਥਾ ਆਪਸ਼ਨ ਯਾਨੀ ਕਿ ਹਿਊਮਨ ਦੇ ਆਰ ਆ ਸਟਰੋਂਗ ਫਾਈਟਰ ਬਿਕੋਜ਼ ਇਹਦਾ ਦੇ ਰੱਖਿਆ ਤੁਸੀਂ ਨੇ ਆਪਸ਼ਨ ਤੁਸੀਂ ਨੇ ਨੋਟ ਕਰ ਲੈਣਾਗਾ ਜਿਵੇਂ ਕਿ ਇਸ ਦਾ ਹੈਗਾ ਪਹਿਲਾ ਆਪਸ਼ਨ ਟਿਕ ਕਰ ਲਓ ਠੀਕ ਹੈ ਸਟੂਡੈਂਟਸ ਜਿਵੇਂ ਕਿ ਇਸ ਤੋਂ ਬਾਅਦ ਕੌਨਸਟ ਨੰਬਰ ਦੂਜਾਗਾ ਲੁੱਕ ਐਟ ਦਾ ਪਿਕਚਰ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਥੈਟ ਫੋਲੋਇੰਗ ਠੀਕ ਹੈ ਜਿਹੜੀ ਪਿਕਚਰ ਹੈਗੀ ਪਿਕਚਰ ਮਿਸ ਹੋ ਗਈ ਤਾਂ ਪਿਕਚਰ ਸੀ ਵਿੱਚ ਤੁਹਾਨੂੰ ਤਾਜਮਹਿਲ ਦੀ ਫੋਟੋ ਮਿਲੂਗੀ ਠੀਕ ਹੈ ਜੀ ਸਟੂਡੈਂਟਸ ਤਾਜਮਹਿਲ ਦੀ ਫੋਟੋ ਠੀਕ ਹੈ ਜੀ ਇਸ ਵਿੱਚ ਦੱਸਿਆ ਗਿਆ ਕਿ ਇਹ ਕਿਸ ਚੀਜ਼ ਦੀ ਫੋਟੋ ਆ ਗਈ ਤਾਂ ਇਹ ਹੈਗੀ ਸੀ ਕਿ ਤਾਜ ਮਹਿਲ ਦੀ ਫੋਟੋ ਠੀਕ ਹੈ ਜੀ ਸਟੂਡੈਂਟਸ ਜਿਵੇਂ ਕਿ ਦੂਜਾ ਹੈਗਾ who built the building ਉਹ ਬਿਲਡਿੰਗ ਕਿਸ ਨੇ ਬਣਾਈ ਸੀ ਸਾਜਹਾਨ ਨੇ ਬਣਾਈ ਸੀ ਠੀਕ ਹੈ ਜੀ ਤਾਜ ਮਹਿਲ ਸਾਜਹਾਨ ਨੇ ਬਣਾਈ ਸੀ ਇਹ ਤੁਹਾਨੂੰ ਪਤਾ ਹੀ ਹੋਊਗਾ ਠੀਕ ਹੈ ਜੀ ਜਿਵੇਂ ਕਿ what is the color of a marble of office building ਮਾਰਬਲ ਕਿਸ ਰੰਗ ਦਾ ਸੀਗਾ ਵਾਈਟ ਦਾ ਸੀਗਾ ਤਾਂ ਆਊਗਾ ਵਾਈਟ ਠੀਕ ਹੈ ਜੀ ਜਿਵੇਂ ਕਿ ਚੌਥਾ ਹੈਗਾ ਇਟ ਇਜ਼ ਬਿਲਟ ਔਨ ਦਾ ਬੈਂਕ ਔਫ ਵਿਚ ਰਿਵਰ ਕਿਹੜੀ ਬੈਂਕ ਤੇ ਕਿਹੜੀ ਕਿਨਾਰੇ ਕਿਹੜੀ ਬੈਂਕ ਦੇ ਇਹ ਕਿਨਾਰੇ ਆਗਾ ਠੀਕ ਹੈ ਜੀ ਇਹ ਦੱਸਣਾ ਤੁਸੀਂ ਨੇ ਜਮੂਨਾ ਜਮੂਨਾ ਨਵੀਂ ਨਦੀ ਦੇ ਕਿਨਾਰੇ ਆਗਾ ਇਹ ਤਾਂ ਚੌਥੀ ਮੇਗੀ ਪੰਜਵਾਂ ਇਟ ਇਜ਼ ਅ ਸਿੰਬਲ ਆਫ ਵਟ ਸਿੰਬਲ ਕਹਿੰਦਾ ਹੈ ਲਵ ਦਾ ਸਿੰਬਲ ਆ ਜਿਵੇਂ ਕਿ ਇਸ ਤੋਂ ਬਾਅਦ ਕੌਨਸਟ ਨੰਬਰ ਤੀਜਾ ਆਨਸਰ ਆਨਲੀ 3 ਆਫ ਦਾ ਫੋਲੋਇੰਗ ਕੁਐਸਚਨ ਕੋਈ ਤਿੰਨ ਕਰ ਲੈਣੇ ਠੀਕ ਹੈ ਜੀ ਇਹ 60 ਮਾਰਕਸ 60 ਮਾਰਕਸ ਦੇ ਨੇ ਕਿਸੇ ਦੇ ਟੋਟਲ ਤਾਂ ਜਿਹੜੇ ਤੁਹਾਨੂੰ ਤਿੰਨੇ ਨਗੇ ਇਹ 2-2 ਮਾਰਕਸ ਦੇ ਦਿੱਤੇ ਗਏ ਨੇਗੇ ਠੀਕ ਹੈ ਸਟੂਡੈਂਟਸ ਤਾਂ ਤੁਸੀਂ ਅੰਤ ਤੱਕ ਜਰੂਰ ਬਨੇ ਰਹਿਣਾ ਵੀਡੀਓ ਵਿੱਚ ਦਾ ਵੀਡੀਓ ਵਿੱਚ ਤੁਹਾਨੂੰ ਸਾਰੇ ਕੌਨਸਟ ਪੇਪਰ ਦੇ ਤੁਹਾਨੂੰ ਆਨਸਰ ਮਿਲ ਜਾਣਗੇ ਠੀਕ ਹੈ ਸਟੂਡੈਂਟਸ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਬਨੇ ਰਹੋ ਉਹ ਵੀਡੀਓ ਨੂੰ ਜਲਦੀ ਜਲਦੀ ਕੋਈ ਨਹੀਂ ਤੁਸੀਂ ਚਾਹਣਾ ਜੁਸਨੇ ਕੋਈ ਤਿੰਨ ਕਰ ਲੈਣੇ ਨੇ ਜਿਵੇਂ ਕਿ ਵਾਈ ਡੂ ਯੂ ਥਿੰਕ ਥੈਟ ਦ ਪੰਜਾਬੀਜ਼ ਆਰ ਸੈਲਫ ਰਿਸਪੈਕਟਿੰਗ ਪੀਪਲ ਠੀਕ ਹੈ ਜਿਸਦਾ ਹੋਊਗਾ ਆਪਣਾ ਆਨਸਰ ਜਿਹੜਾ ਆਈ ਥਿੰਕ ਸੋ ਬਿਕੋਜ਼ ਆਈ ਹੈਵ ਨੈਵਰ ਸੀਨ ਥੈਮ ਬੀਗਨਿੰਗ ਥੈਮ ਬਲੀਵ ਇਨ ਹਾਰਡ ਵਰਕ ਠੀਕ ਹੈ ਜੀ ਆ ਦੇ ਦੇ ਰੱਖਿਆ ਤੁਸੀਂ ਤੁਹਾਡਾ ਆਨਸਰ ਤਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਸਾਰੇ ਦਿੱਤੇ ਹੋਣੇ ਤੁਹਾਨੂੰ ਸਾਰੇ ਪੜ੍ਹ ਲੈਣੇ ਹੈਗੇ ਠੀਕ ਹੈ ਸਟੂਡੈਂਟ ਤੁਸੀਂ ਸਟੂਡੈਂਟਸ ਤੁਸੀਂ ਵੀਡੀਓ ਨੂੰ ਰੋਕ ਰੋਕ ਕੇ ਪੜ੍ਹ ਲੈਣੇਗੇ ਜਿਵੇਂ ਕਿ ਇਸ ਤੋਂ ਬਾਅਦ ਚੌਥਾ ਪਾਰਟ ਸਟਾਰਟ ਹੋ ਰਿਹਾ ਹੈ ਗਿਵ ਅ ਮ ਇਹ ਤੁਹਾਨੂੰ ਜਿਹੜੇ 5 ਦਿੱਤੇ ਗਏ ਨੇ ਕਿ ਪੰਜਾਂ 'ਚ ਕੋਈ ਤੁਸੀਂ ਉਸਨੇ 3 ਕਰਨੇ ਨੇਗੇ ਠੀਕ ਹੈ ਜੀ ਇਹ ਤੁਸੀਂ ਨੇ ਇੰਗਲਿਸ਼ ਤੋਂ ਪੰਜਾਬੀ ਦੱਸਣਾ ਕਿ ਕੀ ਮੀਨਿੰਗ ਤਾਂ ਜਿਹੜੇ ਤਿੰਨੇ ਨੇ ਤਿੰਨ ਤਰਮਸ ਨੇ ਜਿਵੇਂ ਕਿ ਪਾਵਰਫੁਲ ਤੁਹਾਨੂੰ ਪਤਾ ਹੀ ਹੁੰਦਾ ਤਾਕਤਵਰ ਹੁੰਦਾ ਅਤੇ ਪ੍ਰੋਪਰ ਕੀ ਹੁੰਦਾ ਅਚਿਤਤ ਹੁੰਦਾਗਾ ਠੀਕ ਹੈ ਵਾਰ ਕੀ ਹੁੰਦਾ ਯੁੱਧ ਹੁੰਦਾ ਸਟੇਂਜਰ ਕੀ ਹੁੰਦਾ ਅਜਨਵੀ ਹੁੰਦਾਗਾ ਇਨਵੈਂਟਰ ਕੀ ਹੁੰਦਾ ਇਹ ਤੁਹਾਨੂੰ ਗੁਸਣੇ ਵਾਲਾ ਹੁੰਦਾ ਠੀਕ ਹੈ ਜਿਵੇਂ ਕਿ ਦੀ ਰੱਖੇ ਨੇ ਤੁਸੀਂ ਨੇ ਸਾਰੇ ਦੇਖ ਲੈਣੇ ਹੈਗੇ ਜਿਵੇਂ ਕਿ ਪੰਜ ਮਗਾ ਪਾਰਟ ਆ ਗਿਆ ਮੇਕ ਅ ਸੈਂਟੈਂਸ ਫਰੋਮ ਦੀ ਫੋਲੋਇੰਗ ਵਰਡ ਐਨੀ 3 ਕਰਨੇ ਨੇ ਕਿ ਠੀਕ ਹੈ ਜੀ ਤੁਸੀਂ ਨੇ 3 ਮਾਰਕਸ ਦੇਣੇਗੇ ਇਹ ਜਿਵੇਂ ਕਿ ਐਨੀ 3 ਦੇ ਤੁਸੀਂ ਨੇ ਵਰਡ ਬਣਾਉਣੇ ਨੇਗੇ ਤੁਹਾਨੂੰ ਦਿੱਤਾ ਗਿਆ ਇੱਕ ਵਰਡ ਦਾ मीनिंग ਠੀਕ ਹੈ ਜੀ ਇਸ ਦਾ ਸੈਂਟੈਂਸ ਬਣਾਉਣਾਗਾ ਜਿਵੇਂ ਕਿ ਫੇਮਸ ਦੇ ਉੱਤੇ ਸੈਂਟੈਂਸ ਬਣਾਉਣਾ ਹੈ ਹੀ ਵਿਜ਼ਿਟ ਅ ਫੇਮਸ ਲੈਂਡਮਾਰਕ ਔਨ ਹਿਸ ਟ੍ਰਿਪ ਜਿਵੇਂ ਕਿ ਤੁਸੀਂ ਐਨ ਲਿਖ ਸਕਦੇ ਹੋਗੇ ਸਿੱਧੂ ਮੂਸੇਵਾਲਾ ਇਸ ਦਾ ਫੇਮਸ ਆਰਟਿਸਟ ਠੀਕ ਹੈ ਜੀ ਜਿਵੇਂ ਕਿ ਜਿਵੇਂ ਕਿ ਦੂਜਾ ਆ ਗਿਆ ਕੈਪਚਰ ਅ ਦੇਅਰ ਕੈਪਚਰਡ ਬਾਏ ਐਨਮੀਜ਼ ਹੌਲਡਰਸ ਜਿਵੇਂ ਕਿ ਪਲੇਅਰ ਆ ਗਿਆ ਦੇਅਰ ਦੇ ਸ਼ੋਡ ਟੇਕ ਅ ਲिटल ਟਾਈਮ ਐਂਡ ਸ਼ੇਅਰ ਪ੍ਰੇਅਰ ਆਫ ਦਾ ਪੀਪਲ ਠੀਕ ਹੈ ਜਿਵੇਂ ਕਿ ਦਿੱਤੇ ਹੋਏ ਨੇ ਕਿ ਤੁਸੀਂ ਨੇ ਸਾਰੇ ਇਹ ਦੇਖ ਲੈਣਾ ਹੈਗੇ ਤਾਂ ਜਿਵੇਂ ਕਿ ਪੰਜਵੇਂ ਨੰਬਰ ਤੇ ਆ ਰਿਹਾ ਰੀਡ ਦਾ ਫੋਲੋਇੰਗ ਸਟੈਂਜ਼ਾ ਟੈਂਜਾ ਐਂਡ ਆਨਸਰ ਐਨੀ ਟੂ ਕੋ ਦਾ ਕੁਐਸਚਨ ਕੋਈ ਦੋ ਕਰਨੇ ਨੇਗੇ ਠੀਕ ਹੈ ਜੀ ਸਟੂਡੈਂਟਸ ਆ ਦਿੱਤੇ ਹੋਏ ਨੇ ਤੁਸੀਂ ਤੁਹਾਨੂੰ ਤਿੰਨ ਵਾਟ ਇਜ਼ ਦਾ ਲਾਈਫ ਫੁੱਲ ਆਫ ਦੈ ਲਾਈਫ ਫੁੱਲ ਆਫ ਟਵਿਸਟ ਐਂਡ ਟਰਨਸ ਆ ਦੇਖ ਰੱਖਿਆ ਤੁਹਾਨੂੰ ਟਵਿਸਟ ਐਂਡ ਟਰਨਸ ਠੀਕ ਹੈ ਜੀ ਇਹਦੀ ਸਪੈਸ ਦੇਖ ਰੱਖਿਆਗਾ ਜਿਵੇਂ ਕਿ ਲਾਈਫ ਆਗੇ ਲਾਈਫ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਫੁੱਲ ਆਫ ਕੀ ਸੀਗਾ ਟਵਿਸਟ ਐਂਡ ਟਰਨਸ ਠੀਕ ਹੈ ਜੀ ਇਸ ਦਾ ਦੇਖ ਰੱਖਿਆਗਾ ਤਾਂ ਜੇ ਨੇ ਤੁਹਾਨੂੰ ਦੋ ਆਉਣਗੇ ਜਿਹੜੇ ਦੋ ਤੁਸੀਂ ਨਿਕਾਲ ਲੈਨੇ ਤਿੰਨਾਂ ਵਿੱਚੋਂ ਜਿਹੜੇ ਦੋ ਨੇ ਇਹੋ ਦੋ ਦੋ ਮਾਰਕਸ ਤੇ ਨਹੀਂ ਜਾਣੇ ਕਿ ਚਾਰ ਟੋਟਲ ਹੋਗੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਜਿਵੇਂ ਕਿ ਇਸ ਤੋਂ ਬਾਅਦ ਜਿਵੇਂ ਕਿ ਸਿਮਾ ਆ ਰਿਹਾ ਹੈਗਾ ਸਿਮਾ ਪਾਰਟ 2 ਐਸ ਟ੍ਰੈਕਟ ਠੀਕ ਹੈ ਜੀ ਫਿਰ ਇਸ ਵਿੱਚ ਫਿਲਪਸ ਭਰਨੇ ਨੇਗੇ ਇਹ ਤੁਹਾਡੀ 1 ਬਣ ਬਣ ਮਾਰਕਸ ਈਚ ਆਏਗਾ ਠੀਕ ਹੈ ਜੀ ਮੈਂ ਕਿ ਪਹਿਲਾ ਹੋਰ ਵੀ ਹੈਵ ਵਨ ਦਾ ਗੇਮ ਇਹ ਹੈਗਾ ਇੰਟਰਜੈਕਸ਼ਨ ਆਗਾ ਠੀਕ ਹੈ ਜੀ ਦਾ ਪਲੂਰਲ ਆਫ ਵਾਇਸਿਸ ਪਲੂਰਲ ਆਫ ਵਾਇਸਿਸ ਆਊਗਾ ਪਰ ਸਿੰਗੂਲਰ ਹੁੰਦਾ ਇਕੱਲਾ ਵਾਇਸ ਸਿੰਗੂਲਰ ਨੂੰ ਕਹਿੰਦੇ ਹੁੰਦੇ ਨੇ ਸਿੰਗਲ ਅਤੇ ਪਲੂਰਲ ਹੁੰਦੇ ਨੇ ਜੇ ਕਿ ਇੱਕ ਤੋਂ ਜ਼ਿਆਦਾ ਚੀਜ਼ਾਂ ਹੋ ਜਾਣ ਉਸ ਨੂੰ ਪਲੂਰਲ ਕਹੇ ਜਾਂਦੇ ਨੇ ਠੀਕ ਹੈ ਜੀ ਸਟੂਡੈਂਟਸ ਤਾਂ ਇਸ ਵਿੱਚ ਵਾਇਸ ਦਾ ਸਿੰਗੂਲਰ ਤਾਂ ਵਾਇਸ ਹੀ ਹੁੰਦਾ ਤੇ ਪਲੂਰਲ ਕੀ ਹੋਊਗਾ ਇਸ ਦਾ ਵਾਇਸਿਸ ਆ ਜਾਊਗਾ ਠੀਕ ਹੈ ਜੀ ਮੈਂ ਕਿ ਸੀ ਆ ਗਿਆ पिक आउट द अडजैक्टिव इन द फॉलंग सेंटेंस द सन सैंस ब्राइटली इस होगा ब्राइटली है ठीक है जी अडवर्व जरा इसका ब्राइटली नोट कर लेना इस बाद इतनी क्या आ रही है फिलिंग द बलेंस विद द सुटेबल डिटरमेंट ठीक है जी एवरेस्ट इज द डैश हाई पीक इन द डैश वर्ल्ड इन दूगा ठीक है जी एवरेस्ट इज द हाईस्ट पीक इन द वर्ड ਠੀਕ ਹੈ ਜਿਆ ਦੇ ਰੱਖਿਆਗਾ ਤੁਹਾਨੂੰ ਇਹ ਭਰਨੀਆਂਗੇ ਜਿਵੇਂ ਕਿ نیچے ਆ ਰਿਹਾ ਹੈਗਾ ਕੌਨਸਲ ਨੰਬਰ 7 ਮੈ ਸਪੋਸ ਯੂ ਆ ਰ ਰਵਿੰਦਰਾ ਇਹ ਤੁਹਾਨੂੰ ਲੈਟਰ ਦਿੱਤਾ ਹੋਇਆ ਨੀਚੇ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ ਇਹਨਾਂ ਦੋਨਾਂ ਵਿੱਚੋਂ ਤੁਹਾਨੂੰ ਚੁਆਇਸ ਆ ਗਈ ਤੁਸੀਂ ਨੇ ਕੋਈ ਮਰਜ਼ੀ ਲਿਖ ਸਕਦੇ ਹੋ ਠੀਕ ਹੈ ਜੀ ਤਾਂ ਨੀਚੇ ਜਿਵੇਂ ਆ ਰਿਹਾ ਹੈਗਾ ਇਹ ਤੁਹਾਨੂੰ ਆਪਣੇ ਆਸੇ ਵੀ ਦੇਤੇ ਵੀ ਨਾਲ ਹੀ ਠੀਕ ਹੈ ਜੀ ਸਟੂਡੈਂਟਸ ਜਿਵੇਂ ਕਿ ਆ ਆ ਹੈਗਾ ਜਿਹੜਾ ਇਹ ਸ਼ਾਰਟ ਹੁੰਦਾ ਹੋਰੋਂ ਇਹ ਪਹਿਲੇ ਦਾ ਐਡਰੈਸ ਆਗਾ ਉਤਲਾ ਠੀਕ ਹੈ ਜੀ ਐਡਰੈਸ ਤੁਸੀਂ ਨੋਟ ਕਰ ਲੈਣਾ ਇਸ ਤੋਂ ਬਾਅਦ ਨੀਚੇ ਆ ਰਹੀ ਹੈਗਾ ਆ ਗਿਆ ਲੈਟਰ ਠੀਕ ਹੈ ਜੀ ਜਿਵੇਂ ਕਿ نیچے ਆਗੇ ਐਪਲੀਕੇਸ਼ਨ ਵਰਾਇਟਨੀ ਐਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਆਫ ਯਰ ਸਕੂਲ ਫॉर ਅ ਡੀਬਾਫਰ ਡੇ ਠੀਕ ਹੈ ਜੀ ਇਸ ਦਾ ਦੇ ਰੱਖਿਆ ਕਿ ਤੁਸਨੇ ਕਰਨਾ ਇੱਕੋ ਤੁਹਾਨੂੰ ਆਹ ਨੀਚੇ ਆਗੇ ਐਕਸਪਲੇਨ ਦਾ ਫੋਲੋਇੰਗ ਹੈਡਿੰਗ ਇਨ ਦਾ 10 ਤੋਂ 15 ਵਰਡ ਦੇ ਵਿੱਚ ਲਿਖਣਾਗਾ ਇਹਨਾਂ ਵਿੱਚ ਤੁਹਾਨੂੰ ਚੋਇਸ ਹੈ ਜਿਵੇਂ ਕਿ ਹੋਰੇ ਕੌਨਸਰਨ ਨੰਬਰ 8ਵਾਂ ਸਟਾਰਟ ਹੁੰਦਾ ਯੂ ਆਰ ਸੁਰਿੰਦਰ ਪਾਲ ਬੀਬੀਸੀ ਇਸ ਦੇ ਜਿਹੜੇ ਦੇ ਰੱਖੇ ਇੱਕ ਨੋਟਿਸ ਆ ਗਿਆ ਇਹ ਜਾਂ ਤੁਸੀਂ ਨੋਟ ਹੀ ਲਿਖ ਸਕਦੇ ਹੋ ਜਾਂ ਤੁਸੀਂ ਨੇ ਹੈਡਲਾਈਨ ਲਿਖ ਸਕਦੇ ਹੋ ਠੀਕ ਹੈ ਸਟੂਡੈਂਟਸ ਤਾਂ ਜਿਹਦੇ ਦੇ ਰੱਖੇ ਨੇ ਹੈਡਲਾਈਨ ਦੇ ਜਿਹੜੇ ਆਨਸਰ ਜਿਨੇਗੇ ਇਹ ਜਿਵੇਂ ਕਿ ਪਹਿਲਾ ਹੈਗਾ ਦੂਜਾ ਪਹਿਲੇ ਦੂਜੇ ਦੇ ਤੁਹਾਨੂੰ ਇਹ ਆਨਸਰ ਦੇ ਰੱਖੇ ਨੇ ਜਿਵੇਂ ਕਿ ਕੌਨਸਟੈਂਟ ਨੰਬਰ 9 ਆ ਗਿਆ ਨੋਮੈਗਰ ਟ੍ਰਾਂਸਲੇਟ ਐਨੀ 2 ਆਫ ਦਾ ਫੋਲੋਇੰਗ ਸੈਂਟੈਂਸ ਫਰੋਮ ਇੰਗਲਿਸ਼ ਟੂ ਇੰਟੂ ਪੰਜਾਬੀ ਐਂਡ ਹਿੰਦੀ ਇਹ ਤੁਹਾਨੂੰ ਇੰਗਲਿਸ਼ ਦਿੱਤੀ ਜਾਣਗੀ ਇੰਗਲਿਸ਼ ਤੁਸੀਂ ਨੇ ਪੰਜਾਬੀ ਚ ਬਣਾ ਕੇ ਲਿਖਣੀ ਜਾਂ ਹਿੰਦੀ ਚ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਤਿੰਨ ਦਿੱਤੇ ਜਾਣਗੇ ਤਿੰਨਾਂ ਚ ਤੁਸੀਂ ਨੇ ਕੋਈ ਦੋ ਕਰਨੇ ਨੇ ਠੀਕ ਆ ਜੀ ਆ ਤਿੰਨ ਦਿੱਤੇ ਹੋਣ ਤਿੰਨਾਂ ਚ ਤੁਸੀਂ ਨੇ ਕੋਈ ਦੋ ਕਰਨੇ ਨੇ ਕੋਈ ਮਰਜ਼ੀ ਕਰ ਦਿਓ ਠੀਕ ਆ ਜੀ ਇਹ ਹੈਗੇ ਨੇ ਤੁਹਾਡੇ 1-1 ਮਾਰਕਸ ਦੇ ਠੀਕ ਆ ਜੀ ਦੇ 2 ਮਾਰਕਸ ਦੇ ਹੋਗੇ ਤਾਂ ਜਿਵੇਂ ਕਿ 10ਵਾਂ ਆ ਗਿਆ 10 ਮਾਰਕਸ ਟ੍ਰਾਂਸਲੇਟ ਐਨੀ 2 ਆਫ ਦਾ ਫੋਲੋਇੰਗ ਸੈਂਟੈਂਸ ਫ੍ਰੋਮ ਪੰਜਾਬੀ ਟੂ ਇੰਗਲਿਸ਼ ਠੀਕ ਹੈ ਜੀ ਪੰਜਾਬੀ ਤੋਂ ਇੰਗਲਿਸ਼ ਬਣਾਉਣਾ ਹੈ ਇਹ ਹੈਗਾ ਤੁਹਾਨੂੰ 2 ਮਾਰਕਸ ਦਾ ਇਸ ਵਿੱਚ ਜਿਹੜੇ ਹਿੰਦੀ ਮੀਡੀਅਮ ਚ ਲਿਖਿਆ ਹੈ ਤੁਹਾਨੂੰ ਪੰਜਾਬੀ ਮੀਡੀਅਮ ਵਿੱਚ ਵੀ ਇਹ ਲਿਖਿਆ ਹੋਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਟੂਡੈਂਟਸ ਕੀ ਆਪ ਮੇਰੇ ਸਾਥ ਮਜ਼ਾਕ ਕਰ ਰਹੇ ਹੈ ਇਹ ਹੈਗਾ ਇੰਟਰੋਗੇਟਿਵ ਆ ਗਿਆ ਠੀਕ ਹੈ ਜੀ ਆਰ ਯੂ ਕਿਡਿੰਗ ਮੀ ਤਾਂ ਇਸ ਵਿੱਚ ਜਿਹੜਾ ਕੌਨਸਰ ਮਾਰਕ ਹੁੰਦਾ ਹੈ ਕੌਨਸਰ ਮਾਰਕ ਦਾ ਲੱਗਦਾ ਹੁੰਦਾ ਠੀਕ ਹੈ ਜੀ ਤਾਂ ਇਹ ਦੇਖ ਸਕਦੇ ਤੁਸੀਂ ਜਿਵੇਂ ਕਿ ਸੜਕੇ ਚੌੜੀ ਸੀ ਦ ਰੋਡਸ ਵਰ ਵਾਈਡ ਠੀਕ ਹੈ ਜੀ ਵਾਈਡ ਹੁੰਦਾ ਆਪਣਾ ਚੌੜਾ ਠੀਕ ਹੈ ਜੀ ਮੇਕਿੰਗ ਚੀਜ਼ਾਂ ਆ ਗਿਆ ਵੀਜ਼ ਬੋਇਆ ਗਿਆ ਥਾ 20 seeds were sown ਠੀਕ ਹੈ ਜੀ ਇਹ ਦੇਖ ਸਕਦੇ ਤੁਸੀਂ ਠੀਕ ਹੈ ਸਟੂਡੈਂਟਸ ਇਸੇ ਤੁਹਾਡਾ ਕਲਾਸ 8ਵੀਂ ਦਾ ਇੰਗਲਿਸ਼ ਦਾ ਪੇਪਰ ਵੈਰੀ ਵੈਰੀ ਇੰਪੋਰਟੈਂਟ ਪੇਪਰ ਸੀਗਾ ਇਹ ਵੈਰੀ ਵੈਰੀ ਇੰਪੋਰਟੈਂਟ ਪੇਪਰ ਤੇ ਸੈਂਪਲ ਪੇਪਰ ਸੀਗਾ ਤਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਡਾ ਅਸੀਂ ਸੈਂਪਲ ਪੇਪਰ ਦੇ ਵਿੱਚ ਆਨਸਰ ਵੀ ਤੁਹਾਨੂੰ ਦੱਸੇ ਨੇਗੇ ਠੀਕ ਹੈ ਸਟੂਡੈਂਟਸ ਅਤੇ ਜਿੰਨੇ ਵੀ ਤੁਹਾਡੇ ਅੱਗੇ ਪੇਪਰ ਹੋਣੇ ਹਨ ਤੁਹਾਨੂੰ ਸਾਰਿਆਂ ਦੇ ਆਨਸਰ ਆਪਣੇ ਚੈਨਲ ਤੇ ਮਿਲਣਗੇ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਠੀਕ ਹੈ ਸਟੂਡੈਂਟਸ ਜਿੰਨੇ ਵੀ ਤੁਹਾਡੇ ਅੱਗੇ ਪੇਪਰ ਹੋਣੇ ਹਨ ਸਾਰੇ ਤੁਹਾਡੇ ਜੋ ਹੋਰ ਸਵੈਕਟਸ ਪੇਪਰ ਚਾਹੀਦਾ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜਲਦੀ ਜਲਦੀ ਤੁਹਾਡੀ ਦੇਖਣ ਦੀ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਟੂਡੈਂਟਸ ਅਤੇ ਜੇਕਰ ਤੁਹਾਨੂੰ ਇਸ ਪੇਪਰ ਦੀ ਪੀਡੀਐਫ ਲੈਣੀ ਹੈ ਤਾਂ ਪੀਡੀਐਫ ਲੈਣ ਲਈ ਟੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਟੈਲੀਗ੍ਰਾਮ ਗਰੁੱਪ ਦਾ ਟੈਲੀਗ੍ਰਾਮ ਗਰੁੱਪਾ ਤੁਹਾਨੂੰ ਜੁਆਇਨ ਕਰਨਾ ਪਊਗਾ ਉੱਥੇ ਤੁਸੀਂ ਇਸ ਪੇਪਰ ਦੀ ਪੀਡੀਐਫ ਦੇਖ ਸਕਦੇ ਹੋ ਠੀਕ ਹੈ ਸਟੂਡੈਂਟਸ ਤਾਂ ਅੱਜ ਦੀ ਵੀਡੀਓ ਸਿਰਫ ਇੰਨੀ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਹੋਰਾਂ ਦੀ ਵੀ ਹੈਲਪ ਹੋ ਸਕੇ ਠੀਕ ਹੈ ਸ